ਸਤਿ ਸ੍ਰੀ ਅਕਾਲ ਜੀ। ਆਓ ਅੱਜ ਤੁਹਾਨੂੰ ਕਬੱਡੀ ਦੇ ਚਿੱਤਰ ਨਾਲ ਰੂਬਰੂ ਕਰਾਉਂਦੇ ਹਾਂ। ਇਹ ਚਿੱਤਰ ਮੈਂ 10-12 ਸਾਲ ਪਹਿਲਾਂ ਬਣਾਇਆ ਸੀ। ਜਿੱਦਾਂ ਪੰਜਾਬ ਦੇ ਹਰ ਪਿੰਡ 'ਚ ਕਬੱਡੀ ਟੂਰਨਾਮੈਂਟ ਹੁੰਦਾ, ਕਬੱਡੀਆਂ ਦੇ ਮੇਲੇ ਕੈਨੇਡਾ, ਅਮਰੀਕਾ, ਨਾਰਵੇ ਕਿੱਥੇ ਕਿੱਥੇ ਤੱਕ ਲੱਗਦੇ ਨੇ। ਸੋ ਇੱਕ ਪਿੰਡ ਦਾ, ਇਹ ਸਧਾਰਨ ਪਿੰਡ ਦਾ ਇੱਕ ਸਿੰਪਲ ਜਿਹਾ ਸੀਨ ਹੈ ਕਿ ਪਿੰਡ ਇਕੱਠਾ ਹੋਇਆ ਹੋਇਆ, ਹਰ ਵਰਗ ਦੇ ਲੋਕ ਨੇ ਤੇ ਗੱਭਰੂ ਕਬੱਡੀ ਖੇਡ ਰਹੇ ਨੇ। ਜਿਸ ਤਰ੍ਹਾਂ ਕੋਈ NRI ਵੀਰ ਆਪਣੇ ਪਿੰਡ ਵਾਪਸ ਆਉਂਦਾ, ਉਹਨੂੰ ਹੁੰਦਾ ਕਿ ਵਾਪਸ ਆ ਕੇ ਪਿੰਡ ਨਾਲ ਇੱਕ ਨਵਾਂ ਰਿਸ਼ਤਾ, ਕੁਛ ਐਂਟਰਟੇਨਮੈਂਟ ਕੀਤੀ ਜਾਵੇ ਜਿਹਦੇ ਨਾਲ ਪਿੰਡ ਦੇ ਲੋਕ ਮੈਨੂੰ ਦੁਬਾਰਾ ਤੋਂ ਜਾਣਨ ਲੱਗਣ। ਉਹ ਫਿਰ ਚੰਗੇ ਮੋਟੇ ਡਾਲਰ ਸੁੱਟ ਕੇ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਨੇ। NRI ਸਾਹਿਬ ਖੜੇ ਨੇ, ਕਮੈਂਟੇਟਰ ਖੜਾ ਬਘੇਲਾ ਕਟਾਣੀ ਵਾਲਾ। ਉਹ ਤੋਂ ਬਾਅਦ ਪਿੰਡ 'ਚ ਕੋਈ ਮੜੀ ਗੁਰਦੁਆਰਾ, ਛੋਟੀ ਕੋਈ ਪੂਜਨ ਵਾਲੀ ਸਥਾਨ ਵੀ ਹੁੰਦਾ ਜਿੱਥੇ ਲੋਕੀ ਦੀਵੇ ਦੂਵੇ ਜਗਾਉਣ ਲੱਗ ਜਾਂਦੇ ਨੇ। ਜੇ ਸਮਾਜ 'ਚ ਦੇਖੀਏ ਤਾਂ ਇੱਕ ਅੰਗਰੇਜ਼ ਖੜਾ, ਕੋਈ ਫੌਜੀ ਆ ਖੜਾ ਛੁੱਟੀ ਆਇਆ ਹੋਇਆ, ਕੋਈ ਪੁਲਿਸਮੈਨ ਡਿਊਟੀ ਦੇ ਰਿਹਾ। ਸਾਰਿਆਂ ਨਾਲੋਂ ਮੈਨੂੰ ਇੰਟਰਸਟਿੰਗ ਲੱਗਦਾ ਇਹਦੇ 'ਚ ਟੱਬ। ਟੱਬ ਸਾਂਝਾ ਟੱਬ ਹੈ, ਇੱਕ ਗਲਾਸ ਹੈ। ਲੋਕ ਮਿਨਰਲ ਵਾਟਰ ਦੀਆਂ ਬੋਤਲਾਂ 'ਤੇ ਕਿੰਨੇ ਕਿੰਨੇ ਪੈਸੇ ਲਾਉਂਦੇ ਨੇ। ਸਾਡੇ ਸਾਰੇ ਮੁੰਡਿਆਂ ਨੇ ਇੱਕੋ ਹੀ ਗਲਾਸ ਨਾਲ ਇੱਕੋ ਹੀ ਟੱਬ 'ਚੋਂ ਪਾਣੀ ਪੀ ਜਾਣਾ। ਉਹ ਤੋਂ ਬਾਅਦ ਇੱਕ ਬੱਸ ਜੋ ਹੁਣੇ ਹੁਣੇ ਟੂਰਨਾਮੈਂਟ 'ਚ ਪਹੁੰਚੀ ਹੈ, ਬੱਸ ਦੇ ਉੱਤੇ ਤੁਸੀਂ ਦੇਖੋ ਕਿਵੇਂ ਸਵਾਰੀਆਂ ਬੈਠੀਆਂ। ਇਹ ਵੀ ਇੱਕ ਕਲਚਰ ਹੈ। ਇਹਨਾਂ ਨੂੰ ਲੱਗਿਆ ਵੀ ਰਸ਼ ਬਹੁਤ ਹੈ, ਚਲੋ ਬੱਸ ਦੇ ਉੱਤੇ ਬਹਿ ਕੇ ਟੂਰਨਾਮੈਂਟ ਦੇਖਦੇ। ਇਹ ਤੋਂ ਇਲਾਵਾ ਟੈਂਟ ਦੇਖੋ ਲੱਗੇ ਹੋਏ ਆ, ਗੁਬਾਰੇ ਵੇਖ ਰਹੇ ਆ, ਆਹ ਧੂੰਆਂ ਉੱਡ ਰਿਹਾ, ਇੱਥੇ ਜਲੇਬੀਆਂ ਪੱਕ ਰਹੀਆਂ, ਪਕੌੜੇ ਪੱਕ ਰਹੇ ਨੇ, ਤੇ ਮੰਜੇ ਜੋੜ ਸਪੀਕਰ ਲੱਗਣੇ ਨੀ, ਸਪੀਕਰ ਲੱਗੇ ਹੋਏ ਨੇ। ਉਹ ਤੋਂ ਬਾਅਦ ਦਾਦਾ ਪੋਤਾ ਬੈਠੇ ਨੇ, ਇੱਕ ਮੋਲੇਰ ਕੋਟਲੇ ਦਾ ਮੁਸਲਮਾਨ ਵੀਰ ਵੀ ਆਇਆ ਹੋਇਆ। ਇਹ ਸਾਰਾ ਸਮਾਜ ਹੈ ਜੋ ਇੱਕ ਹੋ ਕੇ ਟੂਰਨਾਮੈਂਟ ਦਾ ਆਨੰਦ ਮਾਣ ਰਿਹਾ। ਵੱਖ ਵੱਖ ਮੁਲਕਾਂ ਦੇ ਝੰਡੇ ਨੇ, ਪਤੰਗਬਾਜ਼ੀ ਵੀ ਹੋ ਰਹੀ ਹੈ। ਰੈਫਰੀ ਸਾਹਿਬ, ਸੋ ਚੂਨੇ ਵਾਲੀ ਲਾਈਨ ਦੇ ਅੰਦਰ ਖਿਡਾਰੀ ਬੜੇ ਚਿਕੰਨੇ ਹੋ ਕੇ ਕਬੱਡੀ ਪੈ ਰਹੀ ਹੈ। ਜੂੜੇ ਕਈ ਵਾਰ ਖੁੱਲੇ ਆ ਤੇ ਕਈ ਵਾਰੀ ਗੁੱਦੇ ਗਏ ਆ। ਸੋ ਬਾਕੀ ਸੀਨ ਤੁਸੀਂ ਇੰਜੋਏ ਕਰੋ। ਇੱਦਾਂ ਦੇ ਪੰਜਾਬੀ ਸੱਭਿਆਚਾਰ ਦੇ ਪੇਂਡੂ ਸੀਨ ਮੈਂ ਪੇਂਟ ਕਰਦਾ ਸੁਖਪ੍ਰੀਤ ਸਿੰਘ ਲੁਧਿਆਣੇ ਤੋਂ। ਤੁਹਾਡੇ ਨਾਲ ਕਈ ਵਾਰੀ ਕੈਨੇਡਾ, ਅਮਰੀਕਾ, ਜਰਮਨੀ, ਇੰਗਲੈਂਡ 'ਚ ਆਪਾਂ ਨੂੰ ਰੂਬਰੂ ਹੋਏ ਹਾਂ, ਫਿਰ ਵੀ ਤੁਹਾਡੇ ਮੁਲਕਾਂ 'ਚ ਦੁਬਾਰਾ ਆਵਾਂਗੇ, ਐਗਜੀਬਿਸ਼ਨ ਲਾਵਾਂਗੇ, ਤੁਹਾਨੂੰ ਮਿਲਾਂਗੇ। ਸੋ ਇੰਜੋਏ ਕਰੋ ਕਬੱਡੀ ਦਾ ਸੀਨ। ਸਤਿ ਸ਼੍ਰੀ ਅਕਾਲ ਜੀ।